ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਹ ਮੈਂ ਹਾਂ ਅਤੇ ਆਹ ਮੇਰੀ ਸਾਈਕਲ ਹੀ ਆ ਅਤੇ ਅੱਜ ਆਪਾਂ ਇੱਥੇ ਨੰਬਰ ਪਲੇਟਾਂ ਲਾਵਾਂਗੇ ਅਤੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਮੋਡੀਫਾਈ ਕੀਤੀ ਸਾਈਕਲ ਹੀ ਅਤੇ ਆਪਾਂ ਰਿਮ ਬਣਾਏ ਸੀ ਜਿਹੜੇ ਕਿ ਹੁਣ ਤੁਹਾਨੂੰ ਦੇਖ ਨਹੀਂ ਰਹੇ ਅਤੇ ਆਪਾਂ ਫਲੈਗ ਲਗਾਇਆ ਸੀ ਬਹੁਤ ਕੁਛ ਕੀਤਾ ਹੋਇਆ ਅਤੇ ਆਪਾਂ ਉਹ ਆਪਣੀ ਸਾਰੀਆਂ ਵੀਡੀਓ ਆਪਣੇ ਚੈਨਲ 'ਤੇ ਪਈਆਂ ਤੁਸੀਂ ਜ਼ਰੂਰ ਜਾ ਕੇ ਦੇਖ ਸਕਦੇ ਹੋ। ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇਹਦੇ 'ਤੇ ਨੇਮ ਪਲੇਟ ਲਾ ਦਾਂਗਾ ਅਤੇ ਪਿੱਛੇ ਆਪਾਂ ਲਮਕਣ ਵਾਲੀ ਜਿਹੜੀ ਕਿ ਚੈਨ ਨਾਲ ਲਮਕਾਵਾਂਗੇ ਆਪਾਂ ਅਤੇ ਉੱਥੇ ਲਿਖ ਦਾਂਗੇ ਨੋ ਫਾਰਮਰ ਨੋ ਫੂਡ। ਅਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਅਤੇ ਦੱਸਿਓ ਮੈਨੂੰ ਕਿਵੇਂ ਲੱਗਦੀ ਆ ਵੀ ਉਹਦੇ ਲਾ ਕੇ ਰੱਖਣੇ ਚਾਹੀਦੇ ਨੇ ਮੈਨੂੰ ਕਿ ਨਹੀਂ ਰੱਖਣੀ ਚਾਹੀਦੀਆਂ ਉਹ। ਅਤੇ ਉਹ ਵੈਸੇ ਮੈਂ ਅਸੀਂ ਹੈਂਡਮੇਡ ਬਣਾਊਂਗਾ, ਪਹਿਲਾਂ ਮੈਂ ਸੋਚਿਆ ਸੀਗਾ ਵੀ ਮੈਂ ਦੂਜੇ ਲੋਟ ਬਣਾਉਂਦਾ ਪ੍ਰਿੰਟ ਕਰਾ ਕੇ ਲਾਉਂਦਾ, ਫਿਰ ਮੈਂ ਕਿਹਾ ਵੀ ਹਰ ਕੋਈ ਪ੍ਰਿੰਟ ਨਹੀਂ ਕਰਾ ਸਕਦਾ, ਫਿਰ ਮੈਂ ਆਪਣੇ ਹੱਥ ਨਾਲੇ ਬਣਾਈ ਦੋ ਤਿੰਨ ਵਾਰ ਦਾ ਗਲਤ ਜਾ ਬਣ ਗਈ, ਫਿਰ ਵੀ ਜਿਹੋ ਜਿਹੀ ਬਣੀ ਮੈਂ ਲਾਤੀ। ਅਤੇ ਹੁਣ ਤੁਹਾਨੂੰ ਦੇਖਿਓ ਤੁਸੀਂ ਵੀਡੀਓ ਅਤੇ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਐਂ ਕਹੋਗੇ ਕਮੈਂਟ ਕਰਕੇ ਵੀ ਆਪਾਂ ਪ੍ਰਿੰਟ ਕਰਕੇ ਕਰੀਏ ਤਾਂ ਫਿਰ ਆਪਾਂ ਪ੍ਰਿੰਟ ਨਾਲ ਵੀ ਲਾ ਲਾਂਗੇ। ਅਤੇ ਜੀ ਦੇਖਦੇ ਹਾਂ ਇੱਥੇ ਆਪਾਂ ਨੰਬਰ ਪਲੇਟ ਮਤਲਬ ਕਿ ਨੇਮ ਪਲੇਟ ਲਾਵਾਂਗੇ ਅਤੇ ਪਿੱਛੇ ਵੀ ਆਪਾਂ ਨੋ ਫਾਰਮਰ ਨੋ ਫੂਡ ਵਾਲੀ ਲਾ ਲਾਂਗੇ। ਅਤੇ ਆਹ ਤੁਸੀਂ ਜਿਵੇਂ ਕਿ ਆਪਣੀ ਪਾਈ ਹੋਈ ਆਹ ਗੁੱਜਰ ਸੱਪ ਦੇ ਵਿਚਾਰਾ ਮਰਿਆ ਪਿਆ, ਇਹ ਡਾਂਗ ਮਰੀ ਹੋਏ ਗਏ ਨੇ। ਅਤੇ ਇਹ ਸਭ ਕੁਛ ਆਪਾਂ ਕਰਾਂਗੇ ਵੀਡੀਓ 'ਚ, ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਸਭ ਕੁਛ ਕਰ ਦਿਓ। ਅਤੇ ਹੁਣ ਸਟਾਰਟ ਕਰਦੇ ਆਪਾਂ ਨੂੰ ਬਣਾਉਣਾ। ਤਾਂ ਸਭ ਤੋਂ ਪਹਿਲਾਂ ਆਪਾਂ ਕਾਲ ਕੋਠੜੀ 'ਚੋਂ ਕੱਢਾਂਗੇ ਆਪਣੀ ਸਾਈਕਲ ਹੀ। ਆਹ ਖੜੀ ਆ ਦੇਖੋ ਹਨੇਰੇ ਕੋ ਹਨੇਰ ਕੁੱਪ ਹੋਇਆ ਪਿਆ ਇੱਥੇ, ਇਹਨੂੰ ਆਪਾਂ ਕੱਢਾਂਗੇ ਵਿਚਾਰੀ ਕਿੰਨੇ ਦਿਨਾਂ ਹਨੇਰੇ 'ਚ ਖੜੀ ਹੈ ਅਤੇ ਪੈਂਚਰ ਲਵਾਇਆ ਸੀ ਆਪਾਂ, ਤੁਸੀਂ ਦੇਖਿਓ ਬਲੌਗ ਜਿਹੜਾ 'ਚ ਟਾਇਰ ਖਰਾਬ ਹੋ ਗਿਆ ਸੀਗਾ ਮਤਲਬ ਕਿ ਬਿਮਾਰ ਹੋ ਗਿਆ ਸੀ, ਫਿਰ ਮੈਂ ਇਹਦਾ ਪੈਂਚਰ ਲਵਾ ਕੇ ਲਿਆਇਆ। ਅਤੇ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਸਾਫ਼ ਕਰਨਾ ਸਭ ਤੋਂ ਜ਼ਰੂਰੀ ਆ, ਕਿਉਂਕਿ ਜੇ ਸਾਫ਼ ਹੀ ਨਹੀਂ ਉਹ ਫਿਰ ਭੈੜੀ ਲੱਗੂ ਅਤੇ ਭੈੜੀ ਲੱਗੂ ਫਿਰ ਵੀਡੀਓ ਨਹੀਂ ਪਤਾ ਲੱਗਣੀ, ਜੇ ਵੀਡੀਓ ਬੇਕਾਰ ਲੱਗੂ ਫਿਰ ਕੋਈ ਫਾਇਦਾ ਨਹੀਂ ਯੂਟਿਊਬ 'ਤੇ ਪਾਉਣ ਦਾ, ਇਸ ਕਰਕੇ ਫਿਰ ਮੈਂ ਪਹਿਲਾਂ ਸਾਫ਼ ਕਰਨਾ। ਅਤੇ ਸਾਫ਼ ਕਰਨ ਤੋਂ ਬਾਅਦ ਫਿਰ ਆਪਾਂ ਇੱਥੇ ਨੇਮ ਪਲੇਟ ਆ ਜਿਹੜੀ ਉਹ ਅੱਗੇ ਅਤੇ ਪਿੱਛੇ ਤੁਹਾਨੂੰ ਲਾਵਾਂਗੇ। ਮੇਰੇ ਕੋਲ ਤਾਂ ਪਹਿਲਾਂ ਹੀ ਜਾਣੀ ਸਾਡੀ ਪੁਰਾਣੀ ਗੱਡੀ ਦੀਆਂ ਜਾਣੀ ਕਿ ਉਹ ਨੰਬਰ ਪਲੇਟਾਂ ਹੀ ਪਈਆਂ ਸੀ। ਪਹਿਲਾਂ ਤਾਂ ਮੈਂ ਸੋਚਿਆ ਵੀ ਇਹ ਵਾਲੀਆਂ ਨੰਬਰ ਪਲੇਟਾਂ ਜਿਹੜੀਆਂ ਵਾਧੂ ਪਈਆਂ ਨੇ ਗੱਤੇ ਦੀਆਂ ਜਿਹੜੀਆਂ ਸ਼ੁਰੂ ਸ਼ੁਰੂ 'ਚ ਹੁੰਦੀਆਂ ਨੇ ਵੀ ਇਹ ਵਾਲੀਆਂ ਮੈਂ ਕੱਟ ਕੇ ਲਾ ਦਾਂ, ਫਿਰ ਮੈਂ ਸੋਚਿਆ ਵੀ ਇਹ ਮੇਰੇ ਕੋਲ ਤਾਂ ਪਈਆਂ ਨੇ ਪਰ ਹਰ ਇੱਕ ਕੋਲ ਨਹੀਂ ਹੁੰਦੀਆਂ, ਫਿਰ ਮੈਨੂੰ ਵਾਪਸ ਰੱਖਿਆ ਅਤੇ ਕਾਰਡਬੋਰਡ ਲਿਆ। ਕਾਰਡਬੋਰਡ ਹਰ ਇੱਕ ਕੋਲ ਹੁੰਦਾ ਅਤੇ ਫਿਰ ਜਦੋਂ ਮੈਂ ਕਾਰਡਬੋਰਡ ਚੱਕਿਆ ਤੁਸੀਂ ਦੇਖ ਸਕਦੇ ਇਹ ਕਾਰਡਬੋਰਡ ਲਗਭਗ ਤੁਹਾਨੂੰ ਹਰ ਇੱਕ ਡੱਬ ਕਿਸੇ ਵੀ ਚੀਜ਼ ਤੁਸੀਂ ਲਿਆਉਂਦੇ ਹੋ ਤਾਂ ਡੱਬੇ ਡੱਬਾ ਮਿਲਦਾ ਹੁੰਦਾ, ਉਹਦਾ ਕੱਟ ਲਿਆ ਮੈਂ ਅਤੇ ਇਹ ਦੋ ਹਿੱਸੇ ਕਰਕੇ ਇਹਦੇ ਕਰਾਂ। ਅਤੇ ਇਹ ਆਪਾਂ ਕਾਰਡਬੋਰਡ ਲੈ ਲਿਆ, ਉਸ ਤੋਂ ਬਾਅਦ ਆਪਾਂ ਨੂੰ ਇਹਦੀ ਮੈਜਰਮੈਂਟ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਪਤਾ ਲੱਗ ਸਕੇ ਵੀ ਕਿੰਨੀ ਕੁ ਆਪਾਂ ਨੂੰ ਪਿੱਛੇ ਚਾਹੀਦੀ ਹੈ ਅਤੇ ਕਿੰਨੀ ਕੁ ਅੱਗੇ। ਅਤੇ ਉਸ ਹਿਸਾਬ ਨਾਲ ਮੈਜਰਮੈਂਟ ਲੈ ਲਈ ਵੀ ਇੰਨੀ ਕੱਟ ਕੇ ਮੂਹਰੇ ਲਾਉਣੀ, ਇੰਨੀ ਕੁ ਪਿੱਛੇ, ਸਾਈਜ਼ ਦੇ ਹਿਸਾਬ ਨਾਲ ਤੁਸੀਂ ਆਪਣੇ ਸਾਈਕਲ ਦੇ ਹਿਸਾਬ ਨਾਲ ਦੇਖ ਲਿਓ ਵੀ ਕਿੰਨੀ ਕੁ ਵਧੀਆ ਲੱਗੂ ਤੁਹਾਡੇ। ਅਤੇ ਇਹਨੂੰ ਆਫ ਆ ਕੇ ਫਿਰ ਮੈਂ ਅਤੇ ਤੁਸੀਂ ਇਹਨੂੰ ਸਾਈਜ਼ ਜਿਵੇਂ ਆਪਣੀ ਨੋਰਮਲ ਗੱਡੀਆਂ ਦੇ ਉਹਨਾਂ ਸਾਈਜ਼ ਨਾ ਰੱਖਿਓ, ਨਹੀਂ ਤਾਂ ਫਿਰ ਕੂੜੇ ਕਬਾੜ ਵਾਲੇ ਲੱਗੋਗੇ ਕਿਉਂਕਿ ਉਹ ਵਧੀਆ ਲੱਗਣੀ ਐਡੀਆਂ ਬੜੀਆਂ ਬੜੀਆਂ। ਅਤੇ ਨੋਰਮਲ ਜਿਹਾ ਸਾਈਜ਼ ਰੱਖਿਓ ਜਿੰਨਾ ਕਿ ਤੁਹਾਡੇ ਸਾਈਕਲ ਨੂੰ ਸੂਟ ਕਰ ਸਕੇ। ਅਤੇ ਮੈਂ ਇੰਨਾ ਕੱਟਿਆ ਅਤੇ ਮੂਰਲੀ ਨੰਬਰ ਪਲੇਟ ਵਾਸਤੇ ਵੀ ਆਪਾਂ ਕੱਟਣਾ ਤਾਂ ਕਰਕੇ ਇਹਨੂੰ ਪਹਿਲਾਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਰਾਊਂਡ ਕੋਰਨਰ ਕਰ ਲਾਂ ਕਿਉਂਕਿ ਇਹ ਤਿੱਖੇ ਜਿਹੇ ਕੋਰਨਰ ਵਧੀਆ ਨਹੀਂ ਲੱਗਦੇ, ਜੇ ਆਪਾਂ ਨੂੰ ਗੋਲ ਗੁਲਾਈ ਜਿਹੀ ਕਰ ਲੈਂਦੇ ਹਾਂ ਫਿਰ ਇਹ ਦੇਖਣ ਨੂੰ ਵਧੀਆ ਲੱਗਣ ਲੈਂਦੇ ਨੇ। ਅਤੇ ਇਹਨੂੰ ਆਪਾਂ ਪਹਿਲਾਂ ਚਾਰੇ ਕੋਰਨਰ ਨੇ ਜਿਹੜੇ ਉਹ ਰਾਊਂਡ ਕਰ ਲੈਂਦੇ ਨੇ, ਮਾੜਾ ਮਾੜਾ ਕੱਟਣਾ ਸਾਈਡਾਂ ਤੋਂ ਅਤੇ ਖੂੰਜੇ ਨਹੀਂ ਕੱਟ ਕੇ ਫਿਰ ਆਪਾਂ ਜਿਹੜੀ ਦੂਜੀ ਨੰਬਰ ਪਲੇਟ ਆ ਜਾਣੀ ਕਿ ਨੇਮ ਪਲੇਟ ਆ ਇੱਕ ਗੱਤੇ ਦੀ ਉਹ ਦੂਜੀ ਆਪਾਂ ਕੱਟਣੀ ਹੈ। ਅਤੇ ਅਤੇ ਉਸ ਤੋਂ ਬਾਅਦ ਮੈਨੂੰ ਪਰਫੈਕਟਲੀ ਫਾਈਨ ਜਿੰਨਾ ਕੁ ਮੈਨੂੰ ਚਾਹੀਦਾ ਉਨਾ ਕੁ ਮੈਂ ਕੱਟ ਲਿਆ ਅਤੇ ਇਹਨੂੰ ਇਹਦੇ ਵੀ ਰਾਊਂਡ ਕੋਰਨਰਸ ਕਰ ਲਏ। ਅਤੇ ਫਿਰ ਮੈਂ ਸੋਚਿਆ ਵੀ ਤਾਂ ਲਿਖੀਏ ਕਿ ਆਪਾਂ ਨੂੰ, ਫਿਰ ਮੈਂ ਕਿਹਾ ਚੱਲ ਨੋ ਫਾਰਮਰ ਨੋ ਫੂਡ ਕਰਦੇ ਹਾਂ ਮੈਂ, ਤਾਂ ਕਰਕੇ ਗੂਗਲ ਤੱਕ ਫੋਟੋ ਚੱਕੀ ਅਤੇ ਸਿਰਫ ਪਿੱਛੇ ਲਿਖਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਦਾ ਲਿਖਿਆ ਜਾਂਦਾ। ਉਦੋਂ ਬਾਅਦ ਮੈਂ ਸੋਚਿਆ ਵੀ ਚੱਲ ਹੁਣ ਵਧੀਆ ਵਧੀਆ ਲਿਖਦੇ ਹਾਂ, ਪਰ ਵਧੀਆ ਵਧੀਆ ਲਿਖਿਆ ਵੀ ਕੁਛ ਖਾਸ ਵਧੀਆ ਨਹੀਂ ਲਿਖਿਆ ਗਿਆ। ਫਿਰ ਮੈਂ ਸੋਚਿਆ ਵੀ ਇਹਦਾ ਹੱਲ ਤਾਂ ਹੁਣ ਇੱਕ ਚਿੱਟੀ ਸ਼ੀਟ ਲੈ ਲੈਂਦੇ, ਨਾਲੇ ਥੋੜ੍ਹੀ ਸੋਹਣੀ ਲੱਗੂ, ਇਹ 5 ਰੁਪਏ ਸ਼ੀਟ ਲਈ ਫੁੱਲ ਕੈੜੀ 'ਚ ਹੁੰਦੀ ਹੈ। ਇਹਨੂੰ ਮੈਂ ਕੱਟ ਕੇ ਉਨੇ ਕੁ ਸਾਈਜ਼ ਨਾਲ ਕੱਟਣਾ ਆਪਾਂ ਜਿੰਨਾ ਕੁ ਆਪਣੀ ਉਹ ਨੰਬਰ ਪਲੇਟ ਜੀ ਆਪਾਂ ਕਾਰਡਬੋਰਡ ਦੀ ਕੱਟੀ ਆ, ਇਸ ਹਿਸਾਬ ਨਾਲ ਇਹਨੂੰ ਕੱਟ ਲੈਣਾ ਪਹਿਲਾਂ ਆਪਾਂ। ਅਤੇ ਕੱਟ ਕੇ ਉਹਦੇ ਉੱਤੇ ਨੋ ਫਾਰਮਰ ਨੋ ਫੂਡ ਲਿਖਾਂਗੇ ਤਾਂ ਕਿ ਜਿਹੜਾ ਬਲੈਕ ਅਤੇ ਵਾਈਟ ਦਾ ਕੋਂਬੀਨੇਸ਼ਨ ਜਿਹਾ ਹੁੰਦਾ ਉਹ ਵਧੀਆ ਲੱਗੋ ਥੋੜ੍ਹਾ ਜਿਹਾ, ਅਤੇ ਨਾਲੇ ਗੂੜਾ ਜਿਹਾ ਪਤਾ ਲੱਗੋ ਵੀ ਕੁਛ ਲਿਖਿਆ ਹੋਇਆ, ਨਿਊਡ ਤਾਂ ਥੋੜ੍ਹਾ ਜਿਹਾ ਬੇਕਾਰ ਜਿਹਾ ਲੱਗਦਾ ਸੀ। ਅਤੇ ਤੁਸੀਂ ਵੀ ਕੋਈ ਹੋਰ ਕਲਰ ਵੀ ਲੈ ਸਕਦੇ ਹੋ, ਤੁਹਾਨੂੰ ਕੋਈ ਹੋਰ ਕਲਰ ਦੀ ਕਰਨੀ ਹੈ, ਪਰ ਮੈਂ ਇੱਕ ਨੂੰ ਦੇਖ ਕੇ ਨੋ ਫਾਰਮਰ ਅਤੇ ਨੋ ਫੂਡ ਲਿਖਿਆ ਅਤੇ ਠੀਕ ਠਾਕ ਜਿਹਾ ਲਿਖਿਆ ਹੋਇਆ, ਮੈਨੂੰ ਮੇਰਾ ਮਾਣ ਆ ਵੀ ਮੈਂ ਇੰਨਾ ਕੁ ਲਿਖ ਲਿਆ। ਅਤੇ ਦੋ ਬੱਲੀਆਂ ਬਣਾਈਆਂ ਕਣਕ ਦੀਆਂ ਅਤੇ ਸਟਾਰ ਬਣਾਏ 5 ਅਤੇ ਲਿਖਤਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।
ਅਤੇ ਜਿੰਦਾ ਬਾਅਦ ਉਹ ਜੱਜ ਨੂੰ ਦੱਦਾ ਲਿਖਤਾ ਜੀ ਮੈਂ ਭੁੱਲ ਗਿਆ ਜੀ ਚਲ ਕੋਈ ਗੱਲ ਨਹੀਂ ਅਤੇ ਇੱਕ ਝੰਡਾ ਬਣਾਤਾ ਅਤੇ ਮੈਂ ਲਾ ਕੇ ਦੇਖਿਆ ਇਹ ਤਾਂ ਬਹੁਤ ਜਾਣੀ ਛੋਟਾ ਬੜਾ ਜਿਹਾ ਹੋ ਗਿਆ ਕੰਮ ਜਿਹੜਾ ਵਾਈਟ ਸ਼ੀਟ ਜੀ ਉਹ ਵੱਧ ਘੱਟ ਲਈ ਮੈਂ ਅਤੇ ਨੰਬਰ ਪਲੇਟ ਆਪਣੀ ਛੋਟੀ ਆ ਫਿਰ ਉਹ ਥੋੜ੍ਹਾ ਜਿਹਾ ਬੇਕਾਰ ਕੰਮ ਹੋ ਗਿਆ ਫਿਰ ਮੈਂ ਚਲੋ ਕੋਈ ਨਾ ਮੈਂ ਕਿਹਾ ਚਲ ਦੂਜੀ ਨੰਬਰ ਪਲੇਟ ਬਣਾਉਣੇ ਜਾਣ ਆਪਾਂ ਉਹ ਤੋਂ ਮੈਂ ਆਪਣਾ ਸਿੱਧਾ ਨਾਮ ਲਿਖਿਆ ਅਤੇ ਪੀ ਬੀ ਲਿਖ ਕੇ ਉਹਦੇ ਬਾਅਦ ਮੈਂ ਦੇਖਿਆ ਮੇਰੇ ਕਿੰਨੇ ਸਬਸਕ੍ਰਾਈਬਰ ਨੇ ਚੱਲ ਉਹ ਲਿਖ ਦਿੰਦੇ ਮੇਰੇ ਫੋਰ ਅਤੇ ਫਿਰ 4.53K ਸਬਸਕ੍ਰਾਈਬਰ ਸੀਗੇ ਮੇਰੇ ਮੈਂ ਕਿਹਾ ਚੱਲ ਯਾਰ ਯਾਦ ਆ ਜੂ ਫਿਰ ਮੈਂ ਡੰਡੀ ਜੀ ਗੱਲ ਲਾ ਕੇ ਜਲੂਸ ਕੱਢਤਾ ਫਿਰ ਮੈਂ ਇਹ ਥੋੜ੍ਹੇ ਚਾਰ ਬਣਾ ਲਏ ਚਾਰ ਪੰਜ ਬਣਾ ਲਏ ਵੀ ਦਿਲ ਦੇਖਦੇ ਹਾਂ ਵੀ ਜਿਹੜਾ ਵਧੀਆ ਲੱਗੂ ਉਹੀ ਲਾਵਾਂਗੇ ਵਧੀਆ ਲੱਗਦਾ ਸੀ ਪਰ ਤੁਹਾਨੂੰ ਪਤਾ ਹੀ ਹੈ ਵੱਡਾ ਥੋੜ੍ਹਾ ਜਿਹਾ ਕੱਟਿਆ ਗਿਆ ਅਤੇ ਇਹ ਆਪਾਂ ਨਹੀਂ ਲਾ ਸਕਦੇ ਫਿਰ ਆਪਣੇ ਕੋਲ ਤਿੰਨ ਚੋਇਸਾਂ ਬਚਦੀਆਂ ਨੇ ਆਹ ਆਹ ਵਾਲੀ ਇਹ ਵੀ ਇਹ ਥੋੜ੍ਹੀ ਜਿਹੀ ਉੱਧਰ ਨੂੰ ਵਧੀਆ ਜਚਦੀ ਹੈ ਸਾਈਜ਼ ਜਿਹਾ ਵਧੀਆ ਨਹੀਂ ਹੈਗਾ ਫਿਰ ਇਹਨਾਂ ਦੋਨੋਂ 'ਚ ਕੋਈ ਇੱਕ ਲਾ ਦਿੰਦਾ ਇਹਨਾਂ 'ਚ ਕੁਛ ਖਾਸ ਫਰਕ ਨਹੀਂ ਸੀ ਅਤੇ ਫਿਰ ਮੈਂ ਇੱਕ ਚੂਜ਼ ਕੀਤੀ ਅਤੇ ਇੱਕ ਨੂੰ ਉੱਥੇ ਰੱਖਤਾ ਅਤੇ ਇਹਨੂੰ ਆਪਾਂ ਆਪਣੇ ਕਾਰਡਬੋਰਡ 'ਤੇ ਲਾਵਾਂਗੇ ਅਤੇ ਇਹਨੂੰ ਆਪਾਂ ਪਿੱਛੇ ਲਮਕਾਵਾਂਗੇ ਚੈਨ ਦੇ ਨਾਲ ਕਿਉਂਕਿ ਇਹ ਮੋਢੀ ਤਾਂ ਆਪਾਂ ਜਿਵੇਂ ਚਿਪਕਾਉਂਦੇ ਹੁੰਦੇ ਹਾਂ ਉਵੇਂ ਰੱਖ ਦੇਣੀ ਆ ਬਸ ਆਪਾਂ ਲਾ ਦੇਣੀ ਆ ਗੂੰਦ ਨਾਲ ਅਤੇ ਆਪਾਂ ਉਹਦੇ ਲਈ ਆਪਾਂ ਜੋੜਨ ਲਈ ਮੈਂ ਲਊਂਗਾ ਗਲੂ ਗਨ ਅਤੇ ਇਹ ਬਹੁਤ ਬੇਕਾਰ ਚੀਜ਼ ਆ ਬਾਈ ਇਹਨੂੰ ਬਹੁਤ ਸੰਭਾਲ ਕੇ ਯੂਜ਼ ਕਰਿਓ ਇੰਨੀ ਬੇਕਾਰ ਚੀਜ਼ ਆ ਇਹਨੇ ਮੇਰਾ ਤੁਹਾਨੂੰ ਕੀ ਦੱਸਾਂ ਤੁਸੀਂ ਅਤੇ ਉਸ ਤੋਂ ਬਾਅਦ ਫਿਰ ਮੈਂ ਗਲੂ ਗਨ ਨੂੰ ਥੋੜ੍ਹਾ ਜਿਹਾ ਗਰਮ ਕਰਨਾ ਰੱਖਿਆ ਅਤੇ ਇਹ ਥੋੜ੍ਹੀ ਜਿਹੀ ਨਾ ਚੋਣ ਜਿਹੀ ਲੱਗ ਜਾਂਦੀ ਹੁੰਦੀ ਇਸ ਕਰਕੇ ਮੈਂ ਥੱਲੇ ਸ਼ੀਟ ਜਿਹੀ ਰੱਖਦੀ ਤਾਂ ਕਿ ਜੇ ਉਹ ਗੂੰਜ ਹੀ ਡਿੱਗੂਗੀ ਤਾਂ ਉਹ ਸ਼ੀਟ ਦੇ ਉੱਤੇ ਡਿੱਗੂਗੀ ਥੱਲੇ ਫਰਸ਼ 'ਤੇ ਨਹੀਂ ਡਿੱਗੂਗੀ ਫਿਰ ਮੈਂ ਜਦੋਂ ਤੱਕ ਉਹ ਗਰਮ ਹੋਈ ਗਈ ਫਿਰ ਮੈਂ ਜਿਹੜਾ ਇਹਨਾਂ ਨੇ ਸਾਈਜ਼ ਆ ਉਹ ਕੱਟ ਲਿਆ ਅਤੇ ਉਹਦੇ 'ਤੇ ਗੂੰਦ ਲਾ ਕੇ ਆਪਾਂ ਇੱਥੇ ਚਿਪਕਾਤਾ ਇਹ ਕਾਰਡਬੋਰਡ 'ਤੇ ਆਪਣੀ ਜਿਹੜੀ ਸ਼ੀਟ ਆ ਚਿਪਕਾ ਕੇ ਰੱਖਤੀ ਅਤੇ ਦੂਜੀ ਨੰਬਰ ਪਲੇਟ ਜਿਹੜੀ ਆਪਾਂ ਉਹਦੇ 'ਤੇ ਵੀ ਆਪਾਂ ਉੱਕਣੇ ਗੂੰਦ ਲਾ ਕੇ ਉਹਨਾਂ 'ਤੇ ਚਿਪਕਾਤਾ ਅਤੇ ਫਿਰ ਆਪਣਾ ਸਾਰਾ ਕੰਮ ਪੂਰਾ ਹੁੰਦਾ ਬਸ ਇਹਨੂੰ ਹੁਣ ਆਪਾਂ ਸਾਈਕਲ 'ਤੇ ਲਾਉਣਾ ਅਤੇ ਸਾਈਕਲ 'ਤੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਹੋ ਜਿਹੀ ਲੱਗਦੀ ਆ ਅਤੇ ਆਪਣਾ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਘੰਟ ਲੱਗਦੀਆਂ ਨੇ ਨੰਬਰ ਪਲੇਟਾਂ ਇਹ ਆਪਾਂ ਜਿਵੇਂ ਮੋਟਰਸਾਈਕਲ ਲਵਾਉਣੀਆਂ ਹੁੰਦੀਆਂ ਐਕਣ ਜਿਹੀ ਹੁੰਦੀਆਂ ਨੇ ਅਤੇ ਫਿਰ ਮੈਂ ਇਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਦੇਖਿਆ ਤਾਂ ਮੈਂ ਇੱਥੇ ਵੀ ਲਾਵਾਂਗੇ ਇਹਨੂੰ ਆਪਾਂ ਅਤੇ ਇੱਕ ਵਧੀਆ ਲੱਗ ਰਹੀ ਆ ਅਤੇ ਪਿਛਲੀ ਆ ਜਿਹੜੀ ਉਹ ਪਿੱਛੇ ਲਾਉਣ ਨੂੰ ਕੁਛ ਜਗ੍ਹਾ ਨਹੀਂ ਹੈਗੀ ਆਪਾਂ ਨੂੰ ਚਿਪਕਾਉਣ ਨੂੰ ਜਿਵੇਂ ਵੀ ਜਿਵੇਂ ਆਪਾਂ ਮੂਹਰੇ ਚਿਪਕਾਤੀ ਐਕਣ ਫਿਰ ਇੱਥੇ ਮੈਂ ਕਿਹਾ ਚੱਲ ਲਮਕਾ ਜਿਵੇਂ ਆਪਾਂ ਚੈਨ ਨਾਲ ਲਮਕਾ ਦਾਂਗੇ ਅਤੇ ਨਾਲੇ ਉਹ ਹਿੱਲ ਵੀ ਵਧੀਆ ਲੱਗੂਗੀ ਫਿਰ ਮੈਂ ਇਹ ਆਈਡੀਆ ਸੋਚਿਆ ਅਤੇ ਇਹੀ ਐਵੇਂ ਵੀ ਚੱਲ ਐਵੇਂ ਕਰਨੀ ਅਤੇ ਨੰਬਰ ਪਲੇਟਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਅਤੇ ਮੈਂ ਸੋਚਿਆ ਵੀ ਇਹ ਇੰਨੀਆਂ ਸੋਹਣੀਆਂ ਲੱਗਦੀਆਂ ਤਾਂ ਜਲੂਸ ਕਿਉਂ ਨਿਕਲਿਆ ਫਿਰ ਮੈਂ ਜਲੂਸ ਕੱਢਣ ਦਾ ਕੋਸ਼ਿਸ਼ ਕੀਤਾ ਹਾਂ ਲਾਈ ਹਾਂ ਯੈਲੋ ਕਲਰ ਅਤੇ ਰੈੱਡ ਕਲਰ ਦੀਆਂ ਜਿਹੜੀਆਂ ਬਚੀਆਂ ਸੀ ਆਪਣੀਆਂ ਟੇਪ ਦੀਆਂ ਜਿਹੜੀ ਰਿਫਲੈਕਟਿਵ ਟੇਪ ਹੁੰਦੀ ਆ ਫਿਰ ਮੈਂ ਕੱਟ ਕੇ ਲਾਉਣ ਦੀ ਕੋਸ਼ਿਸ਼ ਮੈਂ ਚੱਲ ਘੰਟ ਲੱਗੂ ਬੇਕਾਰ ਲੱਗੀ ਫਿਰ ਮੈਂ ਜਿੱਥੇ ਡੰਡਾ ਜਿਹਾ ਜਿੱਥੇ ਮੈਂ ਬਲੈਕ ਜਿਹਾ ਬਣਾਇਆ ਉੱਥੇ ਲਾਉਣ ਦੀ ਕੋਸ਼ਿਸ਼ ਕੀਤੀ ਉੱਥੇ ਹੋਰ ਵੀ ਭੜਾ ਲੱਗਦਾ ਦੇਖੋ ਹੋਰ ਵੀ ਜਲੂਸ ਕੱਢਦਾ ਮੈਂ ਜਲੂਸ ਦੇ ਉੱਪਰ ਜਲੂਸ ਕੱਢਦਾ ਫਿਰ ਮੈਨੂੰ ਇਹ ਵਧੀਆ ਨਹੀਂ ਲੱਗਿਆ ਹਰ ਮੈਂ ਲਾਤਾ ਮੈਂ ਕਿਹਾ ਚੱਲ ਇੱਕ ਨੇ ਠੀਕ ਆ ਵੱਧ ਜਲੂਸ ਨਹੀਂ ਕੱਢਾਂਗੇ ਆਪਾਂ ਅਤੇ ਸਾਈਕਲ ਨੂੰ ਅੰਦਰ ਲਾਇਆ ਅਤੇ ਗਲੂ ਗਨ ਲਾ ਕੇ ਜਦੋਂ ਮੈਂ ਉੱਥੇ ਲਾਈ ਅਤੇ ਇੱਕ ਲਾਸ 'ਤੇ ਗਲੂ ਗਨ ਮੇਰੇ ਹੱਥ 'ਤੇ ਡਿੱਗ ਗਈ ਫਿਰ ਉਹ ਉੱਥੋਂ ਮਾਸ ਚੱਕਤਾ ਉਹਨੇ ਬਹੁਤ ਜ਼ਿਆਦਾ ਗਰਮ ਸੀ ਤਾਂ ਕਰਕੇ ਮੈਂ ਕਹਿਣਾ ਵੀ ਇਹਨੂੰ ਬਹੁਤ ਹੀ ਧਿਆਨ ਯੂਜ਼ ਕਰਿਓ ਤੁਸੀਂ ਦੇਖ ਸਕਦੇ ਹੋ ਉਂਗਲੀ 'ਤੇ ਜਮੀ ਥੋੜ੍ਹਾ ਜਿਹਾ ਮਾਸ ਜਿਹੜਾ ਉਹ ਚੱਕਿਆ ਨੇ ਪਰ ਇੰਨਾ ਕਿ ਬਹੁਤ ਜ਼ਿਆਦਾ ਜਾਣੀ ਜਲਨ ਜੀ ਮਹਿਸੂਸ ਹੋ ਰਹੀ ਹੈ ਅਤੇ ਪਾਣੀ ਪੂਣੀ ਲੱਗਦਾ ਨਹੀਂ ਹੈਗਾ ਅਤੇ ਤੁਸੀਂ ਬਹੁਤ ਧਿਆਨ ਨਾਲ ਯੂਜ਼ ਕਰਿਓ ਇਹਨੂੰ ਅਤੇ ਫਿਰ ਮੈਂ ਸੋਚਿਆ ਵੀ ਜਿਹੜੀ ਆਪਣੀ ਪੁਰਾਣੀ ਅਤੇ ਚੈਨ ਇੱਥੇ ਕੋਈ ਪਤਲੀ ਲਾਉਣੀ ਚਾਹੀਦੀ ਸੀ ਪਰ ਮੈਨੂੰ ਆ ਮੋਟੀ ਮਿਲੀ ਇਹ ਮੈਨੂੰ ਮਿਲੀ ਸੀਗੀ ਮੇਲੇ 'ਚ ਲਈ ਸੀਗੀ ਮੈਂ ਇਹ ਗੋਲਡਨ ਕਲਰ ਦੀ ਇੰਨੀ ਜ਼ਿਆਦਾ ਓਰੀਜਨਲ ਸੀਗੀ ਦੂਜੇ ਦਿਨ ਆਪਣਾ ਰੰਗ ਬਦਲ ਕੇ ਬਹਿ ਗਈ ਇਹ ਸਿਲਵਰ ਹੋ ਗਈ ਅਤੇ ਫਿਰ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਇਹ 2-in-1 ਸੀਗੀ ਵੀ ਪਹਿਲੇ ਦਿਨ ਗੋਲਡਨ ਰਹੂ ਬਾਕੀ ਸਾਰਾ ਸਾਲ ਇਹ ਹੋ ਰਹਿਣੀ ਹੈ ਸਿਲਵਰ ਅਤੇ ਫਿਰ ਮੈਂ ਇਹਨੂੰ ਗਲੂ ਗਨ ਨਾਲ ਚਿਪਕਾਇਆ ਅਤੇ ਇਹਨੂੰ ਸੀਟ ਦੇ ਥੱਲੇ ਆਪਾਂ ਹੈਂਗ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਪੂਰੀ ਵੀਡੀਓ ਵਿੱਚ ਅਦਰ ਇੱਕ ਪਾਸੇ ਗੂੰਦ ਲਾਤੀ ਅਤੇ ਇੱਕਣੇ ਦੇ ਦੂਜੇ ਪਾਸੇ ਜਿਹੜਾ ਦੂਜਾ ਹਿੱਸਾ ਉੱਥੇ ਵੀ ਆਪਾਂ ਲਾ ਦੇਣੀ ਆ ਫਿਰ ਉਹਨੂੰ ਪੂਰੇ ਟੰਗ ਦਾਂਗੇ ਟੰਗੀ ਨਹੀਂ ਜਾਣੀ ਇਹਨੂੰ ਜਿਹੜੀ ਚੈਨ ਬਚ ਜੂਗੀ ਉਹ ਵੀ ਆਪਾਂ ਸੀਟ ਦੇ ਥੱਲੇ ਗਲੂ ਗਨ ਦੇ ਨਾਲ ਹੀ ਜੋੜ ਦਾਂਗੇ ਅਤੇ ਤੁਸੀਂ ਬੰਨ ਵੀ ਸਕਦੇ ਹੋ ਪਰ ਮੈਂ ਗਲੂ ਗਨ ਅਤੇ ਫਿਰ ਜਦੋਂ ਮੈਂ ਚੈਨ ਜੀ ਇੱਥੇ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਫਸੀ ਨਹੀਂ ਚੱਜ ਨਾਲ ਫਿਰ ਮੈਂ ਕਿਹਾ ਚੱਲ ਵੀ ਪਹਿਲਾਂ ਆਪਾਂ ਦੂਜਾ ਹਿੱਸਾ ਵੀ ਉਹ ਜੋੜ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜੀ ਆਪਣੀ ਚੈਨ ਬਚ ਜੂਗੀ ਲਮਕੂਗੀ ਜਾਣੀ ਉਹ ਆਪਾਂ ਸੀਟ ਦੇ ਥੱਲੇ ਗੂੰ ਗਲੂ ਗਨ ਨਾਲ ਚਿਪਾ ਲਿਆ ਮੈਂ ਗੂੰ ਕਹਿਣ ਲੱਗਿਆ ਸੀ ਅਤੇ ਗਲੂ ਗਨ ਆਪਾਂ ਲਾ ਤੀ ਇਹ ਗਲੂ ਗਨ ਨਹੀਂ ਸੱਚੀ ਉਹ ਗੂੰ ਗਨ ਨੇ ਆਇਆ ਇਹ ਇਹਨੂੰ ਮਾੜਾ ਜਿਹਾ ਧਿਆਨ ਨਾਲ ਯੂਜ਼ ਕਰਿਓ ਹੁਣ ਵੀ ਜਿਵੇਂ ਮੈਂ ਲਾਤੀ ਇਹ ਥੋੜ੍ਹੇ ਹੱਥ ਨੂੰ ਲੱਗ ਜਾਂਦੀ ਤਾਂ ਉਹ ਦੇਖੋ ਇਹ ਮਾਸ ਜਿਹੜੀ ਪਿਘਲਾ ਦਿੰਦੀ ਆ ਬੇਕਾਰ ਚੀਜ਼ ਦੱਸ ਇੰਨੀ ਜ਼ਿਆਦਾ ਗਰਮ ਹੋ ਜਾਂਦੀ ਹੈ ਜਾਣੀ ਬਿਲਕੁਲ ਵਿੱਚ ਸੇਫਟੀ ਨਹੀਂ ਹੈਗੀ ਤੁਸੀਂ ਇਹਨੂੰ ਬਹੁਤ ਹੀ ਧਿਆਨ ਨਾਲ ਯੂਜ਼ ਕਰਿਓ ਵੈਸੇ ਜਾਂ ਤਾਂ ਤੁਸੀਂ ਇਹਦੀ ਕੋਈ ਹੋਰ ਯੂਜ਼ ਕਰ ਲਿਓ ਗਲੂ ਇਹ ਜਾਣੀ ਬਹੁਤ 2 ਦਿਨ ਅੰਦਰ ਫਾ ਕੇ ਰੱਖੂਗੀ ਤੁਹਾਡੇ ਲੱਗ ਗਈ ਆ ਫਿਰ ਮੈਂ ਪੱਖਾ ਚਲਾਇਆ ਤਾਂ ਮੈਂ ਚੱਲ ਛੇਤੀ ਸੁੱਕ ਜੀ ਉੱਪਰ ਜਿਹੜਾ ਕੋਈ ਫਾਇਦਾ ਨਹੀਂ ਹੋਇਆ ਮੈਂ ਕਿਹੜੇ ਚੜ੍ਹਦਾ ਫਿਰ ਅਤੇ ਅਬ ਮੈਨੂੰ ਫਿਰ ਯਾਦ ਆ ਗਿਆ ਦੇਖੋ ਇਹ ਇੰਨਾ ਮਾੜੀ ਹੀ ਸੱਟ ਆ ਪਰ ਦੁੱਖਣ ਲਾਇਆ ਪਿਆ ਨੇ ਅਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਨੇਮ ਪਲੇਟ ਆ ਨੋ ਫਾਰਮਰ ਨੋ ਫੂਡ ਵਾਲੀ ਇਹ ਕਿੰਨੀ ਘੈਂ
ਤਾਂ ਕਿ ਪਤਾ ਚੱਲੇ ਵੀ ਸਾਰੇ ਸਪੋਰਟ ਕਰ ਰਹੇ ਨੇ ਅਤੇ ਆਹ ਦੇਖੋ ਮੈਂ ਇੱਥੇ ਟੰਗਣ ਦੀ ਕੋਸ਼ਿਸ਼ ਕੀਤੀ ਮੈਂ ਚਲੋ ਟੰਗਦੇ ਹਾਂ ਪਰ ਇਹ ਅਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚੱਲ ਇਹਨੂੰ ਸੀਟ ਨੂੰ ਉਤਾਰਦੇ ਹਾਂ ਸੀਟ ਉਤਾਰ ਕੇ ਮੈਂ ਸਾਈਡ 'ਤੇ ਰੱਖਦੀ ਕਿਉਂਕਿ ਸੀਟ ਆਰਾਮ ਨਾਲ ਉਤਰ ਜਾਂਦੀ ਆ ਤੁਸੀਂ ਆਪਣੇ ਸਾਈਕਲ ਦੇ ਪੁੱਠਾ ਸਿੱਧਾ ਕਰਕੇ ਦੇਖ ਲਿਓ ਜੇ ਤੁਹਾਡੀ ਨਹੀਂ ਸੀਟ ਉਤਰਦੀ ਛੇਤੀ ਅਤੇ ਮੈਂ ਸੀਟ ਕੱਢ ਕੇ ਇਹਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੰਮ ਲੋਟ ਨਹੀਂ ਆਇਆ ਫਿਰ ਮੈਂ ਗਲੂ ਗਨ ਵਾਲੇ ਮੇਰਾ ਮਤਲਬ ਕਿ ਗੂੰ ਗਨ ਵਾਲੇ ਇਹਨੂੰ ਚਿਪਕਾਤਾ ਨਾ ਮੈਂ ਗੂਗਲ ਰੱਖ ਦਿੰਦੇ ਹਾਂ ਬੇਕਾਰ ਇਹ ਚੀਜ਼ ਦਾ ਅਤੇ ਥੋੜ੍ਹੇ ਟਾਈਮ ਬਾਅਦ ਜਦ ਮੈਂ ਦੇਖਿਆ ਤੁਸੀਂ ਦੇਖੋ ਦੇਖ ਸਕਦੇ ਹੋ ਆਹ ਮੂਲੀ ਨੰਬਰ ਪਲੇਟ ਆ ਅਤੇ ਕਿਵੇਂ ਲੱਗਦੀ ਆ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਆਪਣੀ ਪਿੱਛੇ ਨੰਬਰ ਪਲੇਟ ਆ ਜਿਹੜੀ ਉਹ ਵੀ ਤੁਸੀਂ ਦੱਸਿਓ ਕਿਵੇਂ ਦੀ ਲੱਗੀ ਅਤੇ ਅਗਰ ਐਂ ਵੀ ਕਮੈਂਟ ਕਰਕੇ ਦੱਸ ਦਿਓ ਵੀ ਅਗਲੀ ਵੀਡੀਓ ਆਪਾਂ ਕਾਹਦੇ 'ਤੇ ਲੈ ਕੇ ਆਈਏ ਸਾਈਕਲ 'ਤੇ ਲੈ ਕੇ ਆਈਏ ਮਰਸਡੀਜ਼ ਵਾਲੇ ਲਾਏ ਆਪਾਂ ਬਣਾਉਣੇ ਨੇ ਅਤੇ ਜਾਂ ਫਿਰ ਆਪਾਂ ਬੁਲਟ 'ਤੇ ਹੀ ਲੈ ਕੇ ਆਈਏ ਬੁਲਟ ਬਾਰੇ ਤੁਹਾਨੂੰ ਕੁਛ ਹੋਰ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਅੱਜ ਦੀ ਵੀਡੀਓ ਉਦੋਂ ਤੱਕ ਹੀ ਲਾਈਕ ਸ਼ੇਅਰ ਸਬਸਕ੍ਰਾਈਬ ਅਤੇ ਕਮੈਂਟ ਦੇ ਵਿੱਚ ਫਾਰਮਰਸ ਬਾਰੇ ਲਿਖਣਾ ਜ਼ਰੂਰ ਭੁੱਲ ਨਾ ਭੁੱਲ